दूसरी या चौथी आपकी इनको कॉन्फ्रेंस का आज दूसरा दिन है, तो मतलब पता है जिसका कि किसी पहले से तीन इनको आदमी कॉन्फ्रेंस का पिछले शहर में जाकर कर चुके हैं। जिन्हें कॉन्फ्रेंस के बस गए थे वे किसी आपके इनको आम रावण का ठान हो खसूसी तौर पर बताना चाह रहे हैं कि थोड़ी इनको जुबान से काफत नहीं तरक्की थोड़ी आपकी तरक्की इस तरीके से असी जो हुकूमती अलकार हूँ हल्के हूँ गुजरा हूँ सुबाई हूँ टिकोनी हूँ इसी तरह की बेसी है बाकी है मुकदर हल्के हूँ उन्होंने उसे बावा करना चाह रहे हैं कि इस सूबे की सकाफती हवाले नाल अगर पश्तो दा एक सकाफती हवाला है तो हिंदको भी उसका जबरदस्त सकाफती हवाला मौजूद है तो तुम इस मनो इस कबूल करो तो यह सारा मुकाबला है ਅਸੀਂ ਇਸ ਸਿਸਟਮ ਦੇ 1905 ਦੀ ਸਾਰੇ ਸਫਰ ਸ਼ੁਰੂ ਕੀਤਾ ਹੈ ਤੇ ਸਫਰ ਜਾਰੀ ਹੈ 11 ਸਾਲ ਹੋ ਗਏ ਸਫਰ ਨੂੰ ਤੇ ਇਹ ਇਸ ਤਰ੍ਹਾਂ ਤੋਂ ਅਸੀਂ ਹਜ਼ਾਰੇ ਦੀ ਸਰਜ਼ਮੀਨ ਦੇ ਅਸੀਂ ਇਸ ਪ੍ਰੋਗਰਾਮ ਨੂੰ ਮੁਨੱਕਦ ਤੇ ਕਰ ਲਿਆ ਕਿ ਹਜ਼ਾਰੇ ਦੀ ਸਰਜ਼ਮੀਨ ਦੀ ਥੋੜੀ ਥੋੜੀ ਆਬਾਦੀ ਇਨਕੋ ਬੋਲਦੀ ਹੈ ਕਿਸ਼ੋਰ ਸ਼ਹਿਰ ਦੀ ਆਬਾਦੀ ਅੱਛੀ ਖਾਸੀ ਇਨਕੋ ਬੋਲਦੀ ਹੈ ਲੇਕਿਨ ਹਜ਼ਾਰਾ ਡਿਵੀਜ਼ਨ ਦੇ ਪਾਣਾ ਸੀ ਲੈ ਕੇ ਤੇ ਵਿਦਾਰਾ ਤੱਕ ਇਨਕੋ ਬੋਲੀ ਜਾਂਦੀ ਹੈ ਇਸ ਤਰ੍ਹਾਂ ਤੋਂ ਸਾਡੀ ਖਾਹਿਸ਼ ਹੈ ਕਿ ਅਸੀਂ ਇਨਕੋ ਜ਼ੁਬਾਨ ਦੀ ਇਸ ਤਬਲੀਗ ਨੂੰ ਤੇ ਇਸ ਦਾਵਤ ਨੂੰ ਤੇ ਇਸ ਕੰਮ ਨੂੰ ਤੇ ਇਸ ਕਾਰ ਨੂੰ ਅਸੀਂ ਪਾਸ ਵੀ ਕਰੀਏ ਤੇ ਜਨਾਸ ਵੀ ਕਰੀਏ ਤੇ ਸਾਡੀ ਇਨਸ਼ਾਅੱਲਾ ਇਹ ਖਾਹਿਸ਼ ਹੈ ਕਿ ਅਸੀਂ ਡਾਕਟਰ ਬਾਦ ਸਾਹਿਬ ਇਸ ਦੀ 2 ਸਾਲ ਪਹਿਲੇ ਸਾਹਿਬ ਜਿਲ੍ਹਾ ਆਡੀਟੋਰੀਅਮ ਵਿੱਚ ਬੜਾ ਬੜਾ ਪ੍ਰੋਗਰਾਮ ਕੀਤਾ ਹੈ ਤੋਂ ਅਸੀਂ ਮੈਦਾਨ ਵਿੱਚ ਆ ਕੇ ਜਿਹੜਾ ਹਜ਼ਾਰਾਂ ਦਾ ਮੈਦਾਨ ਹੈ ਹਰੀਪੁਰ ਅਸਾਂ ਇਹ ਕਿ ਉਸ ਵਿੱਚ ਪ੍ਰੋਗਰਾਮ ਕਰ ਸੀਏ ਤੇ ਅੱਲਾਹ ਤਾਲਾ ਨੇ ਸਾਨੂੰ ਇਹ ਰਣਵਾਈ ਦਿੱਤੀ ਹੈ ਕਿ ਤੁਸੀਂ ਅੱਜ ਬਾਅਦ ਦੀ ਜਾਏ ਇਹ ਹਰੀਪੁਰ ਵਿੱਚ ਪ੍ਰੋਗਰਾਮ ਕਰੋ ਇਨਸ਼ਾਅੱਲਾ ਦੋਸਤ ਅੱਲਾਹ ਵਾਸਨ ਇੱਥੇ ਜਿਹੜੇ 200 ਅਪਰਾਧ ਹੋਣ ਤੇ 200 ਅਪਰਾਧ ਨਹੀਂ ਹੁੰਦੇ ਬਲਕਿ 200 ਪਲੱਸ ਹੁੰਦੇ ਇਹ ਲੱਖਾਂ ਦੇ ਬੰਦ ਕੌਣ ਦੇ ਨਹੀਂ ਕਰ ਮੀਡੀਆ ਦੇ ਜ਼ਰੀਏ ਵੀ ਗੱਲ ਅਸੀਂ ਪਹੁੰਚਾ ਸਕੀ ਇਨਸ਼ਾਅੱਲਾ ਤਾਲਾ ਦੇਖੋ ਸਾਡਾ ਸਾਡੇ ਸੂਬੇ ਦੇ ਵਿੱਚ ਤੇ ਖਾਸ ਕਰ ਸਾਡੇ ਦੇ ਵਿੱਚ ਤੇ ਪਿਸ਼ੋਰ ਦੇ ਵਿੱਚ ਸਾਡੇ ਬੜੇ ਬੜੇ ਨਾਮਕੂ ਗ੍ਰਾਮਕੂ ਜਿਹੜੇ ਰਾਈਟਰਸ ਹੁੰਦੇ ਜਿਹੜੇ ਲਿਖਾਰੀ ਹੁੰਦੇ ਲਿਖਾਰੀ ਅੱਲਾ ਦਾ ਇਨਾਮ ਹੁੰਦਾ ਹੈ ਲਿਖਾਰੀ ਜਿਹੜਾ ਕਲਮ ਹੁੰਦਾ ਹੈ ਉਹਨਾਂ ਦਾ ਇਨਾਮ ਹੁੰਦਾ ਹੈ ਉਸ ਦਾ ਅੱਲਾ ਖੁਦਰ ਕਰਦਾ ਹੈ लेकिन इस हरफों जोड़ने का फन अल्लाह किसी किस्म जो फन मिल जाए फन की तरवीज उसे मुख्तलि जुबान सामने आ रही ਸਾਰਾ ਬੜਾ ਵੱਡਾ ਤੱਪਾ ਇਨਕੋਹਾਨ ਦਾ ਦਿਖਾਰੀ ਤੱਪਾ ਉਹ ਉਰਦੂ ਵਾਲਾ ਪ੍ਰੋਡਕਟ ਜਾਂਦਾ ਹੈ ਬੜੇ ਆਸਾਨੀ ਦੇ ਨਾਲ ਉਹਦਾ ਵਜ੍ਹਾ ਉਸ ਇਹ ਵੇ ਕਿ ਸਾਡੀ ਇਨਕੋ ਜ਼ੁਬਾਨ ਤੇ ਉਰਦੂ ਦੇ ਨਾਲ ਬੜੀ ਜ਼ਬਰਦਸਤ ਮੁਮਾਸਲਤ ਪਾਈ ਜਾਂਦੀ ਹੈ ਕਿਉਂਕਿ ਉਰਦੂ ਜ਼ੁਬਾਨ ਸਾਡੀ ਜ਼ੁਬਾਨ ਦੀ ਹੀ ਰਾਣੀ ਹੈ ਉਸ ਦੀ ਉਮਰ 500 ਸਾਲ ਹੈ ਜਦਕਿ ਸਾਡੀ ਜ਼ੁਬਾਨ ਦੀ ਉਮਰ 5000 ਸਾਲ ਹੈ ਇਹ ਕਿਸ ਹੋ ਸਕਦਾ ਹੈ ਕਿ ਉਰਦੂ ਦੀ ਹੀ ਰਾਣੀ ਬਣ ਜਾਏ ਉਹ ਇਨਕੋ ਦੀ ਹੀ ਰਾਣੀ ਬਣ ਜਾਏ ਤੇ ਉਰਦੂ ਬੇਸ਼ੱਕ ਸਾਡੀ ਕੌਮੀ ਜ਼ੁਬਾਨ ਹੈ ਲੇਕਿਨ ਸਾਡੇ ਇੰਟੈਲੀਜੈਂਸ਼ੀਆ ਨੂੰ ਉਹ ਲੋਕ ਜਿਸ ਤੇ ਅੱਲਾਹ ਤਾਲਾ ਨੇ ਫਜ਼ਲ ਕੀਤਾ ਹੈ ਜਿਸ ਨੂੰ ਅੱਲਾਹ ਤਾਲਾ ਕਲਮ ਦਾ ਫਜ਼ਲ عطا ਫਰਮਾਇਆ ਕੀਤਾ ਹੈ ਉਸ ਨੂੰ ਚਾਹੀਦਾ ਕਿ ਉਹ ਆਪਣੀ ਮਾਦੀ ਜ਼ੁਬਾਨ ਨੂੰ ਇਸ ਹੱਦ ਪ੍ਰਮੋਟ ਕਰੇ ਕਿ ਮਾਦੀ ਜ਼ੁਬਾਨ ਦਾ ਹਵਾਲਾ ਸਾਡੇ ਇਸ ਸੂਬੇ ਬੜਾ ਅਹਿਮ ਹਵਾਲਾ ਹੈ ਸਾਰੇ ਸੂਬੇ ਦੇ ਵਿੱਚ ਤੁਸੀਂ ਤਾਂ ਇੰਨੇ ਜ਼ਿਆਦਾ ਮੁਤਾਸਰ ਨਹੀਂ ਹੋ ਮੈਂ ਪਿਸ਼ੋਰ ਸ਼ਹਿਰ ਦਾ ਤੁਹਾਨੂੰ ਹਵਾਲਾ ਦੇਵਾਂ ਮੇਰੇ ਪਿਸ਼ੋਰ ਸ਼ਹਿਰ ਦੇ ਜਦੋਂ ਮੈਂ ਕਾਸ ਦੀ ਬਾਹਰ ਨਿਕਲ ਨਾ ਗਲੀ ਜਾਣਾ ਤੇ ਮੇਰੇ ਸੋਹਣੀ ਪੁੰਨਾ ਤੂੰ ਅੱਛਾ ਤੂੰ ਕਿਹੜੀ ਕਿਹੜੀ ਜਗ੍ਹਾ ਦਾ ਮਖਲੂਕ ਹੈ ਤੂੰ ਇਨਸਾਨ ਹੈ ਕਿਆ ਕਿਸ ਹੋਰ ਪੁੱਛੀ ਨੇ ਉਹ ਮੈਂ ਸੀ ਨਹੀਂ ਪੁੱਛਦਾ ਕਿ ਤੂੰ ਕਾਲਾ ਹੈ ਕਿ ਚਿੱਟਾ ਹੈ ਉਹ ਮੈਂ ਸੀ ਨਹੀਂ ਪੁੱਛਦਾ ਕਿ ਤੇਰਾ ਮਜ਼ਹਬ ਕੀ ਹੈ ਤੂੰ ਮੁਸਲਮਾਨ ਹੈ ਕਿ ਈਸਾਈ ਹੈ ਕਿ ਹਿੰਦੂ ਹੈ ਉਹ ਮੇਰੇ ਸੀ ਨਹੀਂ ਪੁੱਛਦਾ ਕਿ ਤੂੰ ਕਿਹੜੇ ਮੁਲਕ ਦਾ ਰਹਿਣ ਵਾਲਾ ਹੈ ਤੂੰ ਪਾਕਿਸਤਾਨੀ ਹੈ ਹਿੰਦੁਸਤਾਨੀ ਹੈ ਅਫਗਾਨੀ ਹੈ ਉਹ ਮੇਰੇ ਸੀ ਪਹਿਲਾ ਸਵਾਲ ਇਹ ਕਰਦਾ ਮੇਰੇ ਸੀ ਕਿਸ਼ੋਰ ਲੋਕ ਕਿ ਤੇਰੀ ਜ਼ੁਬਾਨ ਕਿਹੜੀ ਹੈ ਮੇਰੇ ਇਸ ਇਲਾਕੇ ਦੇ ਵਿੱਚ ਜ਼ੁਬਾਨ ਦਾ ਰੈਫਰੈਂਸ ਬੜਾ ਸਟਰੰਗ ਰੈਫਰੈਂਸ ਹੈ ਯਾਨੀ ਇਨਸਾਨ ਸੀ ਵੀ ਜ਼ਿਆਦਾ ਆਮ ਰੈਫਰੈਂਸ ਹੈ ਇਸਲਾਮ ਸੀ ਵੀ ਜ਼ਿਆਦਾ ਆਮ ਰੈਫਰੈਂਸ ਹੈ ਜਿੱਥੇ ਇਹ ਰੈਫਰੈਂਸ ਇਤਨਾ ਆਮ ਹੋ ਜਾਵੇ ਤੇ ਤੁਸੀਂ ਅਗਰ ਉਸ ਸ਼ਬਦ ਨੂੰ ਛੋੜ ਦੋ ਤੇ ਉਸ ਦੀ ਪਰਵਾਹ ਨਾ ਕਰੋ ਤੇ ਫਿਰ ਤੁਸੀਂ ਐਸਟਾ ਆਪਣੀ ਪਛਾਣ ਸੀ ਗੁਮਾਨੇ ਜਸੀ ਸਾਡੀ ਸਕਾਫਤੀ ਪਛਾਣ ਦਾ ਹਵਾਲਾ ਜਿੱਤਾ ਕਮਜ਼ੋਰ ਹੋ ਸੀ ਅਸੀਂ ਖੁਦ ਕਮਜ਼ੋਰ ਹੋ ਸੀ ਸਾਡੀਆਂ ਮਾਵਾਂ ਕਿਨਾ ਕਿਆ ਕਮਜ਼ੋਰ ਹੋ ਸਨ ਇਹ ਹਵਾਲਾ ਜਿੱਤਾ ਮਜ਼ਬੂਤ ਹੋ ਸੀ ਅਸੀਂ ਮਜ਼ਬੂਤ ਹੋ ਸੀ ਅਸੀਂ ਕਿਸੇ ਤਾਸੁਬ ਦੀ ਬੁਨਿਆਦ ਤੇ ਨਹੀਂ ਕਿਸੇ ਜ਼ੁਬਾਨ ਨਸਬ ਦੀ ਬੁਨਿਆਦ ਤੇ ਨਹੀਂ ਇੱਕੋ ਫਰੋਸ਼ ਕਰਨਿਆ ਇਨਕੋ ਜ਼ੁਬਾਨ ਅਦਬ ਸਕਾਫਤ ਜਾਂ ਮਾਸ਼ਰ ਜਾਂ ਤਹਿਜ਼ੀਬ ਜਾਂ ਤਮਦਨ ਦਾ ਫਰੋਗ ਅਸੀਂ ਕਿਸੇ ਤਾਸੁਬ ਦੀ ਬੁਨਿਆਦ ਤੇ ਨਹੀਂ ਬਲਕਿ ਅਸੀਂ ਸਭ ਤੋਂ ਚਾਹ ਰਹੇ ਕਿ ਇਸ ਸੂਬੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਦੋਂ ਅਸੀਂ ਰਹੀਏ ਤੇ ਅਸੀਂ ਕਿਸੇ
तो मैं भी इस गेम करेंगे ऐसी सारी इज्जत होए सारी तोफी होए सारी तोफी उस टाइम उसी की जिस टाइम मेरा खालस साहब जिस टाइम आपकी जुबान लिख दें आप सारे लिख दें इंशाइये लिख दें निजामी साहब लिख सुन इस टाइम सारे जो प्रोफेसर चले प्रोफेसर साहब बैठे हैं सुबह अब रशीद साहब जो तो इनको लिख सुन कहता है कि इन्हें दे कलम को उस वक्त मिल सी इन्हें दे कलम जो जरिए वो वक्त मिल सी उसमें एक बार मिल सी जो एक बार मिल सी दूसरे लोग उसी इज्जत कर सकते मैं थोड़ी तलीर साहब पढ़ी है कि मैं चाहता हूँ कि थोड़े जो सारे दोस्त अहबाब इकट्ठे हो जाओ तो इस सेशन को शुरू कर दें ये सारा पहला सेशन है सेशन इन चार जो सारे मेहमान है गलामी हो मेहमान है खुशी और रात हो जिन्हें सारे दाव दी थी इंशाल्लाह आप लोगों को तशरीफ लाया सुन तो ऐसी इस सेशन का आज कर दें मैं सबसे पहले इस सेशन की सदारत से मैं गुजारिश करना हजारे की धरती ने खासकर हरिपुर की धरती के बड़े बड़े नाम कर नाम नाम को ग्राम को लिखाई प्रोफेसर सुफी अब्दुल रशीद साहब से कि वो आज इस सेशन की सदारत करें प्रोफेसर सुफी अब्दुल रशीद साहब के लिए गुजारिश करना कि उसके लिए तशरीफ लाऊं तो सारे के कांफ्रेंस के दूसरे आदमी कांफ्रेंस के दूसरे दिन की सदारत सुफी अब्दुल रशीद साहब पर मासूम मैं उनसे गुजारिश करना कि वो तशरीफ करें सुफी अब्दुल रशीद साहब कारी मोहम्मद तकी